ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਬੂ। ਕਾਂਗਰਸ ਦੇ ਕਲੇਸ਼ ਤਾਂ ਚੱਲ ਹੀ ਰਹੇ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਲੇਸ਼ ਸ਼ੁਰੂ ਹੋ ਚੁੱਕਿਆ। ਆਪ ਦੇ MLA ਹੁਣ ਆਪ ਸਰਕਾਰ ਦੇ ਫੈਸਲੇ ਤੋਂ ਖਫਾ ਨਜ਼ਰ ਆ ਰਹੇ ਨੇ। ਦੱਸਦੇ ਕਿ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਨਿਯੁਕਤੀਆਂ ਨੂੰ ਲੈ ਕੇ। ਆਮ ਆਦਮੀ ਪਾਰਟੀ ਦੇ ਜੋ ਨਵੀਂ ਸਰਕਾਰ ਬਣੀ ਹੈ CM ਮਾਨ ਦੇ ਵੱਲੋਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ 2 ਪੁਲਿਸ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਲੈ ਕੇ ਹੁਣ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇਤਰਾਜ਼ ਜਤਾਇਆ ਗਿਆ, ਸਵਾਲ ਚੁੱਕੇ ਗਏ ਨੇ। ਦੱਸਦੇ ਕਿ ਕੁੰਵਰ ਵਿਜੇ ਪ੍ਰਤਾਪ ਨੇ ਪ੍ਰਬੋਧ ਕੁਮਾਰ ਦੀ DGP ਇੰਟੈਲੀਜੈਂਸ ਤੇ ਅਰੁਣਪਾਲ ਸਿੰਘ ਦੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਜੋਂ ਹੋਈ ਨਿਯੁਕਤੀ ਤੇ ਇਤਰਾਜ਼ ਜਤਾਇਆ। ਦੋਵਾਂ ਅਫਸਰਾਂ ਨੇ ਕੋਟਕਪੁਰਾ ਤੇ ਬੈਬਲ ਕਲਾ ਕਾਂਡ 'ਚ ਵੱਡੇ ਸਿਆਸੀ ਪਰਿਵਾਰਾਂ ਨੂੰ ਬਚਾਉਣ ਵਾਸਤੇ ਪੂਰਾ ਜ਼ੋਰ ਲਗਾਇਆ ਸੀ। ਇਹ ਵੱਡੀ ਗੱਲ ਕਹੀ ਗਈ ਹੈ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ। ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਦੋਵੇਂ ਜੋ ਅਫਸਰ ਨਿਯੁਕਤ ਕੀਤੇ ਗਏ ਨੇ, ਪ੍ਰਬੋਧ ਕੁਮਾਰ ਨੂੰ ਜੋ DGP ਇੰਟੈਲੀਜੈਂਸ ਨਿਯੁਕਤ ਕੀਤਾ ਗਿਆ ਤੇ ਅਰੁਣਪਾਲ ਸਿੰਘ ਨੂੰ ਜੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ, ਇਹ ਦੋਵਾਂ ਦੇ ਵੱਲੋਂ ਦੋਵਾਂ ਅਫਸਰਾਂ ਨੇ ਕੋਟਕਪੁਰਾ ਤੇ ਬੈਬਲ ਕਲਾ ਕਾਂਡ 'ਚ ਵੱਡੇ ਸਿਆਸੀ ਪਰਿਵਾਰਾਂ ਨੂੰ ਬਚਾਉਣ ਵਾਸਤੇ ਪੂਰੀ ਵਾਹ ਲਾਈ ਸੀ, ਪੂਰਾ ਜ਼ੋਰ ਲਾਇਆ ਸੀ ਤੇ ਫੇਸਬੁੱਕ ਪੋਸਟ ਰਾਹੀਂ ਕੁੰਵਰ ਵਿਜੇ ਪ੍ਰਤਾਪ ਨੇ ਇਸ ਫੈਸਲੇ ਨੂੰ ਪੁਨਰ ਵਿਚਾਰਨ ਦੀ ਗੱਲ ਕੀਤੀ ਹੈ। ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਇਸ ਫੈਸਲੇ 'ਤੇ ਦੁਬਾਰਾ ਜਾਂਚ ਕੀਤੀ ਜਾਵੇ ਕਿ ਜੋ ਅਹੁਦੇ ਦਿੱਤੇ ਗਏ ਨੇ ਇਹਨਾਂ ਦੋਵਾਂ ਅਫਸਰਾਂ ਨੂੰ ਉਹ ਠੀਕ ਨੇ ਜਾਂ ਨਹੀਂ, ਕਿਉਂਕਿ ਜੋ ਮਾਮਲਾ ਅੱਜ ਤੱਕ ਭਖਿਆ ਆ ਰਿਹਾ, ਬੈਬਲ ਕਲਾ ਗੋਲੀਕਾਂਡ ਦਾ ਮਾਮਲਾ, ਬਰਗਾੜੀ ਕਾਂਡ ਦਾ ਮਾਮਲਾ ਜੋ ਅੱਜ ਵੀ ਭਖਿਆ ਆ ਰਿਹਾ, ਉਸ ਦੇ ਵਿੱਚ ਦੋਵੇਂ ਪੁਲਿਸ ਅਫਸਰਾਂ ਦੇ ਵੱਲੋਂ ਸਿਆਸੀ ਪਰਿਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਕੁੰਵਰ ਵਿਜੇ ਪ੍ਰਤਾਪ SIT ਦੀ ਅਗਵਾਈ ਕੁੰਵਰ ਵਿਜੇ ਪ੍ਰਤਾਪ ਕਰ ਰਹੇ ਸੀ। ਜੋ ਵੀ ਬੇਅਦਬੀਆਂ ਦੇ ਮਾਮਲੇ ਦੇ ਵਿੱਚ, ਗੋਲੀਕਾਂਡ ਦੇ ਮਾਮਲੇ ਦੇ ਵਿੱਚ ਜਾਂਚ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੀ ਗਈ ਸੀ। ਹਾਲਾਂਕਿ ਜਦੋਂ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕੀਤਾ ਗਿਆ, ਸਹੀ ਜਦੋਂ ਵੱਡੇ ਅਫਸਰ ਹੀ ਜੋ ਸਿਆਸੀ ਪਰਿਵਾਰਾਂ ਨੂੰ ਬਚਾਉਣ 'ਚ ਜੁੱਟ ਗਏ ਤਾਂ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਜਿਸ 'ਤੇ ਕਈ ਸਵਾਲ ਵੀ ਖੜ੍ਹੇ ਹੋਏ ਸੀ। ਅਤੇ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਮੈਂ ਇਸੇ ਕਰਕੇ ਅਸਤੀਫਾ ਦਿੱਤਾ ਸੀ ਕਿਉਂਕਿ ਵੱਡੇ ਜੋ ਅਫਸਰ ਸੀ ਉਹ ਸਿਆਸੀ ਪਰਿਵਾਰਾਂ ਨੂੰ ਬਚਾਉਣ ਦੇ ਵਿੱਚ ਸ਼ਾਮਲ ਸੀ ਅਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਹੀ ਜੋ ਵੱਡੇ ਅਹੁਦੇ ਦਿੱਤੇ ਗਏ ਨੇ। ਉਹਨਾਂ ਦਾ ਕਹਿਣਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਦੁਬਾਰਾ ਤੋਂ ਇਸ ਜੋ ਫੈਸਲੇ ਨੂੰ ਵਿਚਾਰਿਆ ਜਾਵੇ ਤਾਂ ਕਿ ਸਰਕਾਰ ਦੀ ਮਨਸ਼ਾ 'ਤੇ ਸਵਾਲ ਨਾ ਚੁੱਕੇ ਜਾਣ। ਕੁੰਵਰ ਵਿਜੇ ਪ੍ਰਤਾਪ ਨੇ ਇਹ ਵੀ ਕਹਿ ਦਿੱਤਾ, ਇਹ ਜੋ ਸਿੱਧੇ ਤੌਰ 'ਤੇ ਕਿਹਾ ਗਿਆ ਕਿ ਜੇਕਰ ਅਜਿਹਾ ਫੈਸਲਾ ਲਿਆ ਜਾਂਦਾ ਤਾਂ ਸਰਕਾਰ ਦੀ ਮਨਸ਼ਾ 'ਤੇ ਸਵਾਲ ਚੁੱਕੇ ਜਾਣਗੇ, ਪਰ ਇਸ ਨੂੰ ਦੁਬਾਰਾ ਵਿਚਾਰਿਆ ਜਾਵੇ ਤਾਂ ਕਿ ਸਰਕਾਰ 'ਤੇ ਕੋਈ ਸਵਾਲ ਨਾ ਆ ਸਕੇ। ਕੋਟਕਪੁਰਾ ਅਤੇ ਬੈਬਲ ਕਲਾ ਗੋਲੀਕਾਂਡ ਦੀ ਸਹੀ ਜਾਂਚ ਨਾ ਹੋਣ ਦੇ ਚੱਲਦੇ ਹੀ ਅਸਤੀਫਾ ਦਿੱਤਾ ਸੀ। ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਮੈਂ 9 ਅਪ੍ਰੈਲ 2021 ਨੂੰ ਅਸਤੀਫਾ ਦਿੱਤਾ ਸੀ ਕਿਉਂਕਿ ਜੋ ਕੋਟਕਪੁਰਾ ਅਤੇ ਬੈਬਲ ਕਲਾ ਗੋਲੀਕਾਂਡ ਮਾਮਲਾ, ਉਸ ਦੇ ਵਿੱਚ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ ਜਾ ਰਿਹਾ ਸੀ, ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਹੋ ਰਹੀ ਸੀ ਅਤੇ ਜਿਹੜੇ ਅਫਸਰਾਂ ਨੇ ਸਿਆਸੀ ਪਰਿਵਾਰਾਂ ਨੂੰ ਬਚਾਇਆ ਅੱਜ ਉਹਨਾਂ ਨੂੰ ਹੀ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਨੇ। ਵੱਡੇ ਸਵਾਲ ਖੜ੍ਹੇ ਕੀਤੇ ਗਏ ਨੇ ਕਿ ਜਿਨ੍ਹਾਂ ਦੇ ਕਰਕੇ ਅਸਤੀਫਾ ਦਿੱਤਾ ਗਿਆ, ਜਿਨ੍ਹਾਂ ਦੀ ਸਹੀ ਤਰੀਕੇ ਦੇ ਨਾਲ ਜੋ ਸਿਆਸੀ ਪਰਿਵਾਰਾਂ ਨੂੰ ਬਚਾਉਣ ਦੇ ਵਿੱਚ ਜੋ ਅਫਸਰ ਸ਼ਾਮਲ ਨੇ, ਤਾਂ ਹੁਣ ਪੰਜਾਬ ਸਰਕਾਰ ਨੇ ਉਹਨਾਂ ਨੂੰ ਹੀ ਅਹੁਦੇ ਦੇ ਦਿੱਤੇ ਨੇ ਅਤੇ ਜੋ ਅਹੁਦੇ ਦਿੱਤੇ ਗਏ ਨੇ, ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਪ੍ਰਬੋਧ ਕੁਮਾਰ ਨੂੰ DGP ਇੰਟੈਲੀਜੈਂਸ ਬਣਾਇਆ ਗਿਆ ਅਤੇ ਅਰੁਣਪਾਲ ਸਿੰਘ ਉਹਨਾਂ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਬਣਾਇਆ ਗਿਆ, ਨਿਯੁਕਤੀ ਕੀਤੀ ਗਈ ਹੈ, ਜਿਸ 'ਤੇ ਹੁਣ ਆਪਣੇ ਹੀ MLA ਨਾਰਾਜ਼ ਨਜ਼ਰ ਆ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਅੱਜ ਵੀ ਸੁਰੱਖਿਅਤ ਰੱਖੀ ਗਈ ਹੈ, ਜਿਸ 'ਤੇ ਸਵਾਲ ਖੜ੍ਹੇ ਹੁੰਦੇ ਸੀ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਤਾਂ ਆਪ ਦੇ ਵੱਲੋਂ ਸਵਾਲ ਖੜ੍ਹੇ ਕੀਤੇ ਜਾਂਦੇ ਸੀ ਕਿ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਜੋ ਰਿਪੋਰਟ ਦਿੱਤੀ ਗਈ ਹੈ ਕੋਰਟ ਦੇ ਵਿੱਚ ਉਹ ਸੁਰੱਖਿਅਤ ਰੱਖੀ ਗਈ ਹੈ। ਜੇਕਰ ਉਸ ਰਿਪੋਰਟ ਦੇ ਵਿੱਚ ਜੋ ਜਿਨ੍ਹਾਂ ਦੇ ਨਾਮ ਨੇ ਜੋ ਨਾਮਜ਼ਦ ਨੇ ਖੁਲਾਸਾ ਹੁੰਦਾ ਤਾਂ ਬੇਅਦਬੀਆਂ ਦੇ ਦੋਸ਼ੀ 24 ਘੰਟਿਆਂ ਦੇ ਵਿੱਚ ਹੀ ਫੜੇ ਜਾਣਗੇ ਅਤੇ ਉਸ ਤੋਂ ਬਾਅਦ ਜਦੋਂ ਆਪ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਕੁੰਵਰ ਵਿਜੇ ਪ੍ਰਤਾਪ MLA ਬਣਦੇ ਨੇ ਤਾਂ ਵੀ ਜੋ ਵਿਰੋਧੀ ਧਿਰਾਂ ਨੇ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਂਦੇ ਨੇ ਵੀ ਪਹਿਲਾਂ ਤਾਂ ਕਿਹਾ ਗਿਆ ਸੀ ਕਿ 24 ਘੰਟਿਆਂ ਦੇ ਵਿੱਚ ਸਜ਼ਾ ਦਵਾਈ ਜਾਏਗੀ, 24 ਘੰਟਿਆਂ ਦੇ ਵਿੱਚ ਬੇਅਦਬੀ ਕਰਨ ਵਾਲੇ ਸਾਹਮਣੇ ਹੋਣਗੇ ਤਾਂ ਅੱਜ ਜਿਸ ਤਰੀਕੇ ਦੇ ਨਾਲ ਜੋ ਨਿਯੁਕਤੀਆਂ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਉਹੀ ਅਫਸਰ ਸ਼ਾਮਲ ਨੇ ਜਿਨ੍ਹਾਂ ਦਾ ਨਾਮ ਸੀ ਸਿਆਸੀ ਪਰਿਵਾਰਾਂ ਨੂੰ, ਵੱਡੇ ਸਿਆਸੀ ਪਰਿਵਾਰਾਂ ਨੂੰ ਬਚਾਉਣ ਦੇ ਲਈ ਇਹਨਾਂ ਹੀ ਅਫਸਰਾਂ ਨੇ ਪੂਰੀ ਵਾਹ ਲਾਈ ਸੀ, ਪੂਰਾ ਜ਼ੋਰ ਲਾਇਆ ਸੀ ਅਤੇ ਅੱਜ ਇਹਨਾਂ ਨੂੰ ਹੀ ਵੱਡੇ ਅਹੁਦੇ ਦੇ ਦਿੱਤੇ ਗਏ ਨੇ, ਜਿਸ 'ਤੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇਤਰਾਜ਼ ਜਤਾਇਆ ਗਿਆ। ਨਿਯੁਕਤੀਆਂ 'ਤੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇਤਰਾਜ਼ ਜਤਾਇਆ ਗਿਆ। ਦੱਸ ਦਈਏ ਕਿ 2 ਪੁਲਿਸ ਕਮਿਸ਼ਨਰਾਂ ਦੀ ਨਿਯੁਕਤੀ ਹੋਈ ਹੈ, ਜਿਸ 'ਤੇ ਸਵਾਲ ਖੜ੍ਹਾ ਕੀਤਾ ਗਿਆ ਤਾਂ ਦੁਬਾਰਾ ਤੋਂ ਇਸ ਫੈਸਲੇ ਨੂੰ ਜਾਂਚਣ ਦੀ ਗੱਲ ਕੀਤੀ ਗਈ ਹੈ। ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ
प्रमोद कुमार की DGP इंटैलीजेंस ते अरुणपाल सिंह की अमृतसर पुलिस कमिश्नर वजो हुई नियुक्ति ते सवाल खड़ा किए गए, इतराज जताया गया ते फेसबुक पोस्ट राही ये गल कही गई है कि हुण पंजाब सरकार नूं इस फैसले ते दोबारा जांच करनी चाहिए है कि जो फैसला लिया गया ठीक है या नहीं, इस नूं दोबारा तो जांचना चाहिए, परखना चाहिए ताकि पंजाब सरकार दी मंशा ते पंजाब सरकार दे मनसूबे ते कोई भी सवाल खड़ा ना हो सके, कोई सवालिया चिन्ह ना खड़ा किया जा सके। भी पंजाब सरकार ने उन्होंने ही नियुक्त किया जो कि इस दे विच सियासी परिवारों को बचाने के लिए जेड़े अफसर नामजद ने, क्योंकि विरोधियों के वलों अक्सर ही निशाने साधे जाते रहे हैं, तो जो तो मान सरकार सत्ता दे विच आई है विरोधी एक तो बाद एक निशाने साध रहे हैं, तो हूँ ये वड्डी जो चुनौती खड़ी हो सकती है जिस तरीके दे नाल नियुक्तियां कीतियां गईयां ने, वड्डी चुनौती पंजाब सरकार दे अगे भी खड़ सकती है क्योंकि सवाल चुके जा सकते हैं कि एक पासे बेअदबी दा इंसाफ दवाउण दी गल हुंदी है, कुंवर विजय प्रताप दी रिपोर्ट दी गल हुंदी है, तो दूजे पासे अजिहे तरीके दे नाल उन्हां नूं नियुक्त कर दिता जांदा जिन्हां ते सवाल कुंवर विजय प्रताप दे वल्लों चुके गए सी, जिन्हां करके कुंवर विजय प्रताप दे वल्लों अस्तीफा दिता गया सी, उन IAS अहुदे तो अस्तीफा दिता गया सी, उन्हां नूं ही अज वड्डे अहुदिआं ते नियुक्त कर दिता गया। तो हुण देखना होवेगा कि जिस तरीके दे नाल विरोध किया गया, जिस तरीके दे नाल कुंवर विजय प्रताप दे वल्लों इतराज़ जताया गया इन्हां नियुक्तियों नूं लैके हुण पंजाब सरकार दे वल्लों की फैसला लिया जांदा है कि पंजाब सरकार इस फैसले तो दोबारा तो विचार करती है या कुछ होर फैसला सरकार दे वल्लों लिया जांदा है, क्योंकि मामला भखिया होया है, बरगाड़ी कांड मामला है, कोटकपुरा ते बैबल कला गोलीकांड मामला है, जिस ते कि हुण ये जो अफसर ने नामजद होए ने सियासी परिवारों की मदद करन दे लई, ते हुण वड्डे सवाल खड़े हो रहे ने, देखना होवेगा कि पंजाब सरकार दे वल्लों हुण की फैसला अपनाया जांदा है कि कुंवर विजय प्रताप दे वल्लों दोबारा तो आवाज़ चुकी जाती है या पंजाब सरकार दे वल्लों इसते की हुण तस्वीर निकल के सामने आती पंजाब सरकार दे वल्लों की रुख अपनाया जाता है, इसते लगातार नज़रां बनिया हुई ने।